ਸੁਲਤਾਨਪੁਰ ਲੋਧੀ ਵਿੱਚ ਸੰਗਤ ਦੂਰ ਦਰਾਡਿਓਂ ਆ ਰਹੀ ਹੈ ਨਤਮਸਤਕ ਹੋਣ ਦੇ ਲਈ। ਸਾਡੇ ਨਾਲ ਵੀ ਇੱਥੇ ਸੰਗਤ ਮੌਜੂਦ ਹੈ, ਵੱਖ ਵੱਖ ਥਾਵਾਂ ਤੋਂ ਆਈ ਹੋਈ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਸ ਸ਼ਹਿਰ ਤੋਂ ਆਏ ਹੋ? ਨਵਾਂ ਸ਼ਹਿਰ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੁਲਤਾਨਪੁਰ ਦੀ ਧਰਤੀ ਉੱਤੇ ਸੰਗਤਾਂ ਬੜੇ ਹੁੰਮ ਹੁਮਾ ਕੇ ਪਹੁੰਚੀਆਂ ਹਨ। ਅਸੀਂ ਵੀ ਗੁਰੂ ਮਹਾਰਾਜ ਜੀ ਦੀ ਇਸ ਧਰਤੀ ਦੀ ਨਮਨ ਕਰਨ ਲਈ ਇੱਥੇ ਪਹੁੰਚੇ ਹਾਂ, ਨਵਾਂ ਸ਼ਹਿਰ ਤੋਂ ਸੰਗਤ ਸਮੇਤ। ਅਤੇ ਇੱਥੇ ਆ ਕੇ ਸਾਨੂੰ ਅਥਾਹ ਖੁਸ਼ੀ ਹੋਈ ਆ। ਬਹੁਤ ਹੀ ਵਧੀਆ ਪ੍ਰਬੰਧ ਵੀ ਕੀਤੇ ਗਏ ਹਨ, ਇੱਥੋਂ ਦੇ ਪ੍ਰਬੰਧਾਂ ਦੀ ਤੁਸੀਂ ਗੱਲਬਾਤ ਕੀਤੀ ਹੈ, ਖੁਸ਼ੀ ਵੀ ਹੋਈ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ, ਉਸ ਨੂੰ ਕਿਵੇਂ ਦੇਖਦੇ ਹੋ? ਕਰਤਾਰਪੁਰ ਲਾਂਘਾ ਪਿਛਲੇ 70-72 ਸਾਲਾਂ ਤੋਂ ਸਿੱਖ ਪੰਥ ਦੀਆਂ ਜਿਹੜੀਆਂ ਅਰਦਾਸਾਂ ਸਨ ਉਹਨਾਂ ਨੂੰ ਜਿਹੜਾ ਬੂਰ ਲੱਗਾ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ। ਇਸ ਦੀ ਅਸੀਂ ਦੋਵਾਂ ਸਰਕਾਰਾਂ ਨੂੰ, ਭਾਰਤ ਸਰਕਾਰ ਪਾਕਿਸਤਾਨ ਸਰਕਾਰ ਨੂੰ, ਇਸ ਦੀ ਲੱਖ ਲੱਖ ਵਧਾਈ ਦਿੰਦੇ ਹਾਂ। ਪਰ ਜਿਹੜੀ ਸਮੱਸਿਆ ਹੈ, ਜਦੋਂ ਸੁਵਿਧਾ ਕੇਂਦਰ ਦੇ ਵਿੱਚ ਜਿਹੜੇ ਆਪਣੇ ਸ਼ਰਧਾਲੂ ਜਾਂਦਿਆਂ ਨੇ ਹਨ ਅਪਲਾਈ ਕਰਨ ਦੇ ਲਈ ਔਨਲਾਈਨ, ਉੱਥੇ ਉਹ ਇਹ ਕਹਿੰਦੇ ਆ ਵੀ ਆਪਣੇ ਪਾਸਪੋਰਟ ਦੀ ਜਿਹੜੀ ਹੈਗੀ ਐਂਟਰੀ ਕਰਾਓ, ਪਾਸਪੋਰਟ ਦਿਓ। ਪਰ ਪਾਸਪੋਰਟ ਤਾਂ ਜਿਹੜੀ ਪਾਕਿਸਤਾਨ ਸਰਕਾਰ ਨੇ ਗੈਰ ਜ਼ਰੂਰੀ ਕਰ ਦਿੱਤਾ। ਬਿਲਕੁਲ ਜੀ, ਜੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਆਪਣੇ ਇਮਰਾਨ ਖਾਨ ਜੀ ਆ, ਉਹਨਾਂ ਨੇ ਟਵੀਟ ਕਰਕੇ ਜੋ ਹੈਗਾ ਸੰਦੇਸ਼ ਦਿੱਤਾ ਬਈ ਸ਼ਰਧਾਲੂਆਂ ਨੂੰ ਭਾਰਤ ਤੋਂ ਆਉਣ ਵਾਲੇ ਕਿਸੇ ਪਾਸਪੋਰਟ ਦੀ ਜ਼ਰੂਰਤ ਨਹੀਂ, ਉਹ ਆਪਣੀ ਕੋਈ ਆਈਡੀ ਦਿਖਾਲ ਕੇ ਜਿਹੜੇ ਹੈਗੇ ਆ ਉਹ ਆ ਸਕਦੇ ਆ। ਪਰ ਇੱਥੇ ਦਿੱਕਤ ਇਹ ਹੋ ਰਹੀ ਆ ਕਿ ਔਨਲਾਈਨ ਜਿਹੜੀ ਅਪਲਾਈ ਕਰ ਰਹੀ ਸੰਗਤ, ਉਹਨਾਂ ਤੋਂ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਉਹਨਾਂ ਨੂੰ ਬਹੁਤ ਵੱਡੀ ਮੁਸ਼ਕਲ ਆਈ ਆ। ਜਦੋਂ ਕਿ ਪਾਕਿਸਤਾਨ ਸਰਕਾਰ ਨੇ ਇਹਨੂੰ ਜਿਹੜੀ ਜ਼ਰੂਰਤ ਨੂੰ ਇਸ ਦੀ ਨਹੀਂ ਜ਼ਰੂਰਤ ਸਮਝੀ ਤਾਂ ਭਾਰਤ ਸਰਕਾਰ ਨੂੰ ਇੱਥੇ ਦੇ ਇਮੀਗ੍ਰੇਸ਼ਨ ਅਪਲਾਈ ਕੀਤਾ। ਹਾਂਜੀ, ਅਤੇ ਜਿਹੜੀ ਹੈਗੀ ਆ ਜਿਨ੍ਹਾਂ ਨੇ ਕੀਤਾ ਅਪਲਾਈ ਉਹਨਾਂ ਨੂੰ ਤਾਂ ਪਾਸਪੋਰਟ ਦੀ ਕੋਈ ਨਹੀਂ, ਪਰ ਇੱਥੇ ਮੇਰੇ ਨਾਲ ਸੰਗਤ ਹੋਰ ਵੀ ਖੜੀ ਆ ਜਿਨ੍ਹਾਂ ਕੋਲ ਪਾਸਪੋਰਟ ਹੈ ਨਹੀਂ ਉਹਨਾਂ ਨੂੰ ਆ ਰਹੀ ਆ। ਹੋਰ ਸੰਗਤ ਦੇ ਨਾਲ ਮਾਫ਼ ਕਰਨਾ ਤੁਹਾਨੂੰ ਰੋਕਿਆ, ਤੁਸੀਂ ਦੱਸੋ ਜੀ ਅਪਲਾਈ ਕਰਨ ਲੱਗਿਆਂ ਇਹ ਦਿੱਕਤ ਆ ਰਹੀ ਹੈ ਤਾਂ ਦੁਵਿਧਾ ਬਣੀ ਹੋਈ ਹੈ ਇਸ ਸੰਗਤ ਦੇ ਵਿੱਚ? ਹਾਂਜੀ ਹਾਂਜੀ, ਇਹ ਕੀਤਾ ਅਪਲਾਈ ਤਾਂ ਤੁਹਾਡੇ ਤੋਂ ਮੰਗੀ ਜਾ ਰਹੀ ਸੀ ਸ਼ਰਤ ਪਾਸਪੋਰਟ ਦੀ। ਹਾਂਜੀ, ਕਹਿੰਦੇ ਆ ਵੀ ਇਹ ਚਾਹੀਦੀ ਆ, ਪਰ ਜਦੋਂ ਆਧਾਰ ਕਾਰਡ ਸਭ ਕੁਛ ਹੈਗਾ ਬੰਦੇ ਕੋਲ, ਐਂਟੀਫਾਈ ਹੈਗੀ ਆ ਸਾਰੀ ਕੁਛ, ਤਾਂ ਫਿਰ ਲੋੜ ਨਹੀਂ ਚਾਹੀਦੀ ਇਹ। ਜਦੋਂ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਪਾਸਪੋਰਟ ਦੀ ਗੈਰ ਜ਼ਰੂਰੀ ਕਰ ਦਿੱਤੀ ਗਈ ਹੈ ਸ਼ਰਤ ਹੈ ਜਿਹੜੀ, ਪਰ ਹੁਣ ਹੈ ਜਿਹੜੀ ਜਦੋਂ ਅਪਲਾਈ ਕੀਤਾ ਜਾਂਦਾ ਤਾਂ ਉਹਦੇ ਵਿੱਚ ਦਿੱਕਤ ਆ ਰਹੀ ਹੈ ਸੰਗਤ ਨੂੰ, ਅਤੇ ਹੋਣਾ ਕੀ ਚਾਹੀਦਾ ਇਹਦੇ ਬਦਲੇ? ਕਿਹੜਾ ਪਰੂਫ ਆ ਜਿਹੜਾ ਜਿਸ ਨੂੰ ਮੰਨਿਆ ਜਾਵੇ ਕਿ ਇਸ ਦੇ ਆਧਾਰ 'ਤੇ ਤੁਸੀਂ ਜਾ ਸਕਦੇ? ਇਸ ਜੋ ਪੰਜਾਬ ਸਰਕਾਰ ਨੂੰ ਚਾਹੀਦਾ, ਕੈਪਟਨ ਅਮਰਿੰਦਰ ਸਿੰਘ ਨੂੰ ਵੀ, ਜੋ ਪੰਜਾਬ ਤੋਂ ਸਰਦਾ ਰੱਖਦੇ ਆ ਲੋਕ ਜਾਣ ਵਾਸਤੇ, ਉਹਨਾਂ ਨੂੰ ਜਦੋਂ ਕਿ ਆਪਣੇ ਪੰਜਾਬ ਦੇ ਵਿੱਚ ਆਧਾਰ ਕਾਰਡ ਹੈ ਉਹ ਮੇਨ ਰੱਖਿਆ ਜਾਵੇ, ਵੀ ਜੇ ਜਿਸ ਇਨਸਾਨ ਕੋਲ ਅੱਜ ਕੱਲ੍ਹ ਆਪਣੇ ਬੱਚੇ ਕੋਲ ਵੀ ਆਧਾਰ ਕਾਰਡ ਹੈ ਆਧਾਰ ਕਾਰਡ ਦੇ ਨਾਂ 'ਤੇ ਆਪਣੇ ਪੰਜਾਬ ਦੇ ਵਾਸੀ ਆ ਉੱਥੇ ਜਾ ਸਕਦੇ ਹੈ, ਕਿਉਂਕਿ ਪਾਸਪੋਰਟ ਕਿਸੇ ਕੋਲ ਨਹੀਂ ਹੈਗਾ ਉਹ ਨਹੀਂ ਜਾ ਸਕਦੇ। ਹਰ ਇੱਕ ਬੰਦੇ ਦੇ ਸ਼ਰਧਾ ਹੈ ਮੈਂ ਵੀ ਅੱਗੇ ਜਾ ਕੇ ਅੱਗੇ ਦਰਸ਼ਨ ਕਰਕੇ ਆਵਾਂ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਪਾਸਪੋਰਟ ਵਾਲੀ ਸ਼ਰਤ ਆ ਉਸ ਨੂੰ ਕਿਤੇ ਨਾ ਕਿਤੇ ਕਲੀਅਰ ਕੀਤਾ ਜਾਣਾ ਚਾਹੀਦਾ, ਵੀ ਲੋੜ ਕਿਸ ਪਰੂਫ ਦੀ ਹੈ ਜਿਹਦੇ ਨਾਲ ਅਸੀਂ ਕਰਤਾਰਪੁਰ ਸਾਹਿਬ ਜਾ ਸਕਦੇ? ਅਸੀਂ ਤਾਂ ਇਹੀ ਕਹਾਂਗੇ ਵੀ ਜੇਕਰ ਕਿਸੇ ਵੀ ਨੇ ਜਾਣਾ ਹੈ ਤਾਂ ਉਸ ਵਾਸਤੇ ਮੈਕਸੀਮਮ ਵੀ ਆਧਾਰ ਕਾਰਡ ਹੀ ਜ਼ਰੂਰੀ ਹੈ, ਕੋਈ ਪਾਸਪੋਰਟ ਦੀ ਕੋਈ ਜ਼ਰੂਰੀ ਨਹੀਂ ਹੈਗਾ ਪਾਸਪੋਰਟ ਕਿਸੇ, ਕਿਉਂਕਿ ਅੱਜ ਕੱਲ੍ਹ ਬਹੁਤ ਨਹੀਂ ਆਪਣੇ ਪੰਜਾਬ ਦੇ ਵਿੱਚ ਹਰ ਇੱਕ ਗਰੀਬੀ ਬਹੁਤ ਜ਼ਿਆਦਾ ਹੈ, ਹਰ ਇੱਕ ਬੰਦਾ ਪਾਸਪੋਰਟ ਨਹੀਂ ਵੀ ਕਰਵਾ ਸਕਦਾ, ਪਰ ਸ਼ਰਧਾ ਉਹਦੇ ਵਿੱਚ ਇੰਨੀ ਹੈ ਵੀ ਮੈਂ ਆਪਣਾ ਪਾਕਿਸਤਾਨ ਜਾਵਾਂ, ਨਨਕਾਣਾ ਸਾਹਿਬ ਦੇਖ ਕੇ ਆਵਾਂ। ਤੁਸੀਂ ਕਿੱਥੋਂ ਆਏ ਹੋ ਬਈ? ਅਸੀਂ ਸਰ ਗੁਰਦਾਸਪੁਰ ਤੋਂ ਆਏ। ਗੁਰਦਾਸਪੁਰ 'ਤੇ ਆਏ ਹਾਂ, ਤੁਹਾਡੇ ਤਾਂ ਡੇਰਾ ਬਾਬਾ ਨਾਨਕ ਗੁਰਦਾਸਪੁਰ 'ਚ ਹੀ ਪੈਂਦਾ, ਉੱਥੇ ਵੀ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ? ਨਹੀਂ ਨਹੀਂ ਸਰ, ਇੱਦਾਂ ਸਮੱਸਿਆ ਨਹੀਂ ਕੋਈ ਆ ਰਹੀ, ਅਸੀਂ ਫਿਲਹਾਲ ਲੰਗਰ ਲੈ ਕੇ ਆਏ ਹਾਂ ਗੁਰਦਾਸਪੁਰ ਤੋਂ ਸਪੈਸ਼ਲ। ਹਾਂਜੀ, ਕਰਤਾਰਪੁਰ ਸਾਹਿਬ ਦੀ ਮੈਂ ਗੱਲ ਕਰ ਰਿਹਾ ਸੀ, ਹੋਰ ਵੀ ਜਿਹੜੀ ਸੰਗਤ ਆਈ ਹੈ ਵੱਖ ਵੱਖ ਥਾਵਾਂ ਤੋਂ, ਤਾਂ ਉਹ ਕਹਿ ਰਹੇ ਆ ਕਿ ਪਾਸਪੋਰਟ ਜ਼ਰੂਰੀ ਨਹੀਂ ਹੈ, ਪਰ ਜਦੋਂ ਅਸੀਂ ਔਨਲਾਈਨ ਅਪਲਾਈ ਕਰਦੇ ਹਾਂ ਤਾਂ ਸਾਡੇ ਤੋਂ ਮੰਗਿਆ ਜਾ ਰਿਹਾ, ਤਾਂ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ? ਨਹੀਂ ਸਰ, ਆਧਾਰ ਕਾਰਡ 'ਤੇ ਫਿਲਹਾਲ ਅਧਿਕਾਰ ਸਾਹਿਬ ਚਾਹੀਦਾ ਆ, ਅਤੇ ਜੋ ਸਾਰੇ ਦਰਸ਼ਨ ਕਰ ਸਕਣ, ਪਾਸਪੋਰਟ ਤਾਂ ਸਾਰੇ ਕਿਸੇ ਕੇ ਪਾਸ ਨਹੀਂ ਹੈ, ਕਿਸੇ ਕੋਲ ਬਹੁਤ ਕਮ ਲੋਕਾਂ ਕੇ ਪਾਸ ਹੈਗਾ। ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਅਪਲਾਈ ਕੀਤਾ? ਸਰ ਨਹੀਂ, ਅਪਲਾਈ ਨਹੀਂ ਕੀਤਾ, ਪਰ ਆਧਾਰ ਕਾਰਡ 'ਤੇ ਸਾਨੂੰ ਵਧੀਆ ਲੱਗੂਗਾ, ਜਾਵਾਂਗੇ। ਹਾਂਜੀ, ਸੰਗਤ ਨੇ ਗੱਲਬਾਤ ਕੀਤੀ ਹੈ ਕਿ ਜਿਹੜਾ ਪਾਸਪੋਰਟ ਦੀ ਸ਼ਰਤ ਜਦੋਂ ਪਾਕਿਸਤਾਨ ਨੇ ਰੱਦ ਕਰ ਦਿੱਤੀ ਹੈ ਤਾਂ ਫਿਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮਿਲ ਕੇ ਇਸ 'ਤੇ ਜਲਦੀ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ, ਤਾਂ ਕਿ ਸੁਵਿਧਾ ਵਿੱਚ ਜਿਹੜੀ ਦੁਵਿਧਾ ਬਣੀ ਹੋਈ ਹੈ ਉਸ ਨੂੰ ਖਤਮ ਕੀਤਾ ਜਾ ਸਕੇ।